ਸਤਿ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਬੜੈਚ। ਹਰ ਵਾਰ ਜਿਸ ਤਰ੍ਹਾਂ ਤੁਸੀਂ ਮੈਨੂੰ ਦੇਖ ਰਹੇ ਹੋ ਰੋਲਿੰਗ ਫਰੇਮਸ ਇੰਟਰਟੇਨਮੈਂਟ ਚੈਨਲ 'ਤੇ, ਅੱਜ ਇੱਕ ਹੋਰ ਕਵਿਤਾ ਲੈ ਕੇ ਆਇਆ ਮੈਂ ਤੁਹਾਡੇ ਲਈ। ਪਰ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ, ਠੀਕ ਹੈ। ਅੱਜ ਮੈਂ ਤੁਹਾਡੇ ਲਈ ਜੋ ਕਵਿਤਾ ਲੈ ਕੇ ਆਇਆ ਉਹ ਲੈ ਕੇ ਆਇਆ ਇੱਕ ਬੱਚੇ ਦੀ ਰੱਬ ਨੂੰ ਦਿੱਤੀ ਹੋਈ ਹੂਕ ਦੀ। ਮੈਨੂੰ ਲੱਗਦਾ ਕਿ ਕੁਦਰਤ ਦਾ ਰੂਪ ਇਹ ਹਵਾਵਾਂ ਨੇ, ਧੁੱਪਾਂ ਨੇ। ਸੋ ਇਸ ਤੋਂ ਵੱਡਾ ਕੋਈ ਸਬੂਤ ਹੋਰ ਨਹੀਂ ਹੋ ਸਕਦਾ। ਸਾਨੂੰ ਕਿਤੇ ਜਾ ਕੇ ਮੰਦਰਾਂ ਮਸਜਿਦਾਂ ਗੁਰਦੁਆਰਿਆਂ 'ਚ ਕਿਤੇ ਜਾ ਕੇ ਅਰਦਾਸ ਕਰਨ ਦੀ ਲੋੜ ਬਹੁਤੀ ਹੈ ਨਹੀਂ ਗੀ, ਠੀਕ ਹੈ। ਇਹਨਾਂ ਅੱਗੇ ਹੱਥ ਜੋੜ ਕੇ ਨਮਸਕਾਰ ਕਰੋ, ਪਰਮਾਤਮਾ ਅੱਗੇ ਦੁਆ ਕਰੋ ਤਾਂ ਕਿ ਉਹ ਕਬੂਲ ਹੋਵੇ। ਸੋ ਇਸੇ ਸਿਲਸਿਲੇ ਵਿੱਚ ਇੱਕ ਬੱਚਾ ਆਪਣੀ ਮਾਂ ਲਈ ਕੁਛ ਲਿਖਦਾ। ਕੀ ਲਿਖਦਾ? ਕਵਿਤਾ ਦਾ ਨਾਮ ਹੈ ਹਵਾਏ ਨਹੀਂ ਕੁਛ ਮਿਹਰ ਕਰ। ਹਵਾਏ ਨਹੀਂ ਕੁਛ ਮਿਹਰ ਕਰ, ਤੂੰ ਕਿਸ ਜਣੇ ਦੀ ਲਈ ਗੁੜਤੀ, ਵਗਦੀਆਂ ਤੇਜ ਨਾ ਕਹਿਰ ਕਰ। ਇਸ ਧਰਤੀ ਦੇ ਲਾਲ ਹਰੇ ਨੇ, ਸੋਹਣੇ ਨੇ ਰੁੱਖ ਰੂਹਾਂ ਭਰੇ ਨੇ। ਸੁੱਕ ਚੱਲੀ ਵੇਲ ਨਾ ਧੁੱਪਾਂ ਪਹਿਰ ਕਰ, ਹਵਾਏ ਨਹੀਂ ਕੁਝ ਮਿਹਰ ਕਰ। ਇਸ ਅੰਬੜੀ ਵੇਲ ਦਾ ਜੀ ਡਰਦਾ ਏ, ਰੂਹ ਰੋਵੇ ਰੂਹ ਰੋਵੇ, ਤਨ ਮਨ ਖਰਦਾ ਏ ਦੇ ਪਿਆਲਾਂ ਸਾਹਾਂ ਦਾ, ਜ਼ਿੰਦਗੀ ਨਾ ਜ਼ਹਿਰ ਕਰ, ਹਵਾਏ ਨਹੀਂ ਕੁਛ ਮਿਹਰ ਕਰ। ਤੂੰ ਆਬਾਦ ਕਰ ਗਈ ਸੈਂ ਜੰਗਲਾਂ ਨੂੰ, ਵੱਥਦੇ ਕਰ ਗਈਆਂ ਮੰਗਲਾਂ ਨੂੰ, ਧਰਤੀ ਜਿਹੀ ਮਾਂ ਦਾ ਇਹ ਹਸ਼ਰ ਨਾ ਕਰ, ਹਵਾਏ ਨਹੀਂ ਕੁਝ ਮਿਹਰ ਕਰ। ਤੂੰ ਚੱਲਦੀ ਏ ਤੇਜ, ਵਗਦੀ ਏ ਤੇਜ, ਇੰਨਾ ਨਾ ਕਹਿਰ ਕਰ, ਇੰਨਾ ਨਾ ਕਹਿਰ ਕਰ, ਹਵਾਏ ਨਹੀਂ ਕੁਝ ਮਿਹਰ ਕਰ। ਸੋ ਮੇਰੇ ਵੱਲੋਂ ਇਹ ਇੱਕ ਹਰ ਬੱਚੇ ਦੀ ਹੂਕ ਵੀ ਹੈ, ਜਿਸਦੇ ਆਪਣੇ ਨੂੰ ਕੁਛ ਨਾ ਕੁਛ ਹੋਇਆ ਹੈ। ਉਹ ਮਾਂ ਵੀ ਹੋ ਸਕਦੀ ਹੈ, ਉਹ ਪਿਤਾ ਵੀ ਹੋ ਸਕਦਾ ਹੈ, ਉਸ ਨਾਲ ਕੋਈ ਵੀ ਰਿਸ਼ਤਾ ਹੋ ਸਕਦਾ ਹੈ। ਸੋ ਇੱਕ ਰੂਹ ਦੀ ਹੂਕ ਹੈ ਉਸ ਮਾਲਕ ਨੂੰ ਕਿ ਉਹ ਠੀਕ ਠਾਕ ਰਹਿਣ, ਤੰਦਰੁਸਤ ਰਹਿਣ, ਵਿਹੜੇ ਦੇ ਵਿੱਚ ਖੁਸ਼ੀਆਂ ਵੰਡਦੇ ਰਹਿਣ। ਸੋ ਦੋਸਤੋ, ਮੈਂ ਉਮੀਦ ਕਰਦਾ ਤੁਹਾਨੂੰ ਇਹ ਕਵਿਤਾ ਬਹੁਤ ਸੋਹਣੀ ਲੱਗੀ ਹੋਊਗੀ, ਥੋੜ੍ਹੀ ਸੰਜੀਦਾ ਸੀਗੀ। ਸੋ ਇਹੋ ਜਿਹੇ ਜਜ਼ਬਾਤ ਵੀ ਸਾਡੇ ਅੰਦਰ ਚੱਲਦੇ ਰਹਿੰਦੇ ਨੇ, ਹੈ ਨਾ, ਚੱਲਦੇ ਰਹਿੰਦੇ ਆ ਨਾ। ਸੋ ਤੁਸੀਂ ਹੋਰ ਵੀ ਸੋਹਣੀਆਂ ਕਵਿਤਾਵਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤਾਂ ਕਿ ਕਮੈਂਟ ਵੀ ਕਰੋ, ਲਿਖੋ ਵੀ ਸਾਨੂੰ ਕਿੱਦਾਂ ਲੱਗਿਆ। ਅਸੀਂ ਹੋਰ ਵੀ ਬਿਹਤਰੀਨ ਕਵਿਤਾਵਾਂ, ਹੋਰ ਜਿੰਨਾ ਵੀ ਕੁਛ ਸਹੀ ਕਰ ਸਕਦੇ ਹਾਂ ਤੁਹਾਡੇ ਲਈ ਇੰਟਰਟੇਨਮੈਂਟ ਦੇ ਤੌਰ 'ਤੇ, ਜ਼ਰੂਰ ਕਰਾਂਗੇ। ਸਤਿ ਸ਼੍ਰੀ ਅਕਾਲ ਦੋਸਤੋ, ਥੈਂਕ ਯੂ।